ਹਾਂਜੀ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਤੁਸੀਂ ਦੇਖਿਆ ਆਪਣੀਆਂ ਪਹਿਲਾਂ ਵੀ 6 ਲੈਸਨਾਂ ਦੀਆਂ ਕੁਐਸਚਨ ਸੀਰੀਜ਼ ਆਈਆਂ ਹੋਈਆਂ ਨੇ ਅੱਜ ਆਪਣਾ 7ਵਾਂ ਲੈਸਨ ਹੈ ਤਾਂ ਆਪਾਂ ਇਸ ਦੀ ਕੁਐਸਚਨ ਸੀਰੀਜ਼ ਕਰਾਂਗੇ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਵਿੰਦਾਚਲ ਪਹਾੜ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਦक्कਨ ਪ੍ਰਾਚੀਨ ਕਾਲ ਵਿੱਚ ਦक्कਨ ਨੂੰ ਕੀ ਕਿਹਾ ਜਾਂਦਾ ਸੀ ਦੱਖਣਾਪੰਥ ਦक्कਨ ਵਿੱਚ ਮੋਹਰਿਆ ਦੇ ਪ੍ਰਸਿੱਧ ਸ਼ਾਸਕ ਕੌਣ ਸਨ ਸ਼ਾਤਵਾਨ ਮਹਾਨ ਸ਼ਾਤਵਾਨ ਸ਼ਾਸਕ ਕਿਹੜਾ ਸੀ ਗੌਤਮੀਪੁੱਤਰ ਸ਼ਾਤਕਰਣੀ ਸਾਤਵਾਨਾਂ ਨੇ ਕਦੋਂ ਅਤੇ ਕਦੋਂ ਤੱਕ ਰਾਜ ਕੀਤਾ 106 ਈਸਵੀ ਤੋਂ 130 ਈਸਵੀ ਤੱਕ ਗੌਤਮੀਪੁੱਤਰ ਸ਼ਾਤਕਰਣੀ ਦਾ ਉੱਤਰਾਧਿਕਾਰੀ ਕੌਣ ਸੀ ਵਿਸ਼ੇਸ਼ਟੀਪੁੱਤਰ ਪੁਲਮਾਵੇ ਵਿਸ਼ੇਸ਼ਟੀਪੁੱਤਰ ਪੁਲਮਾਵੇ ਦਾ ਰਾਜਕਾਲ ਦੱਸੋ 130 ਈਸਵੀ ਤੋਂ 154 ਈਸਵੀ ਵਿਸ਼ੇਸ਼ਟੀਪੁੱਤਰ ਪੁਲਮਾਵੇ ਦੀ ਰਾਜਧਾਨੀ ਦੱਸੋ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਪ੍ਰਤੀਸ਼ਟਾਨ ਨਾਮੀ ਸਥਾਨ ਤੇ ਸਾਤਵਾਨਾਂ ਦਾ ਅੰਤਿਮ ਮਹਾਨ ਸ਼ਾਸਕ ਕੌਣ ਸੀ? ਯਗਸ਼ਰੀ ਸ਼ਾਤਕਰਣੀ। ਸਾਤਵਾਨ ਵੰਸ਼ ਦਾ ਪਤਨ ਕਦੋਂ ਹੋਇਆ? 220 ਈਸਵੀ। ਜਿਲਿਆਂ ਨੂੰ ਕੀ ਕਿਹਾ ਜਾਂਦਾ ਸੀ? ਆਹਰਾਸ, ਅਹਰਾਸ। ਪਿੰਡਾਂ ਦੇ ਇਲਾਕਿਆਂ ਦਾ ਰਾਜ ਪ੍ਰਬੰਧ ਕਿਸ ਦੁਆਰਾ ਚਲਾਇਆ ਜਾਂਦਾ ਸੀ? ਗੋਲਮਿਕਾਸ, ਯਾਨੀ ਕਿ ਸਰਪੰਚ ਦੇ ਅਹੁਦੇ ਦਾ ਸੀ। ਸਾਤਵਾਨਾਂ ਦਾ ਵਪਾਰ ਕਿਹੜੇ ਦੇਸ਼ਾਂ ਨਾਲ ਸੀ? ਅਰਬ, ਈਰਾਨ, ਮਿਸ਼ਰ, ਬਰਮਾ ਅਤੇ ਮਲਾਇਆ। ਬਾਹਰਲੇ ਦੇਸ਼ਾਂ ਤੋਂ ਭਾਰਤ ਵਿੱਚ ਕੀ ਮੰਗਵਾਇਆ ਜਾਂਦਾ ਸੀ? ਸ਼ਰਾਬ, ਤਾੰਬਾ, ਸੀਸਾ ਅਤੇ ਕੀਮਤੀ ਪੱਥਰ ਵਿਦੇਸ਼ਾਂ ਵਿੱਚ ਭੇਜੀਆਂ ਜਾਣ ਵਾਲੀਆਂ ਵਸਤਾਂ ਦੇ ਬਦਲੇ ਭਾਰਤ ਵਿੱਚ ਕੀ ਲਿਆਂਦਾ ਜਾਂਦਾ ਸੀ? ਸੋਨੇ ਅਤੇ ਚਾਂਦੀ ਦੇ ਸਿੱਕੇ। ਹਿੰਦੂ ਧਰਮ ਦੇ ਕਿਹੜੇ ਦੇਵਤਿਆਂ ਦੀ ਪੂਜਾ ਸਾਤ ਵਿਦਵਾਨਾਂ ਦੁਆਰਾ ਕੀਤੀ ਜਾਂਦੀ ਸੀ? ਵਿਸ਼ਨੂੰ ਅਤੇ ਸ਼ਿਵ ਪਰ ਵਿਵਾਰੀ ਲੋਕ ਬੁੱਧ ਧਰਮ ਦੇ ਅਨੁਯਾਈ ਸੀ। ਸਾਤਵਾਨਾਂ ਨੇ ਕਿਹੜੀ ਭਵਨ ਨਿਰਮਾਣ ਕਲਾ ਅਤੇ ਮੰਦਰਾਂ ਨੂੰ ਸਰਪ੍ਰਸਤੀ ਦਿੱਤੀ? ਪੱਥਰ ਕਟ ਭਵਨ ਨਿਰਮਾਣ ਕਲਾ ਅਤੇ ਗੁਫਾ ਮੰਦਰ। ਪੱਥਰ ਕਟ ਗੁਫਾ ਦਾ ਚੈਤਿਆ ਹਾਲ ਕਿੱਥੇ ਸਥਿਤ ਹੈ? ਪੁੰਨਾ ਦੇ ਨੇੜੇ ਕਰਾਲੇ ਵਿੱਚ। ਸਾਤਵਾਨਾਂ ਦੁਆਰਾ ਬਣਾਇਆ ਗਿਆ ਕਿਹੜਾ ਸਤੂਪ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ? ਅਮਰਾਵਤੀ ਦਾ ਸਤੂਪ ਜੋ ਕਿ ਆਂਧਰਾ ਪ੍ਰਦੇਸ਼ 'ਚ ਹੈ। ਲੋਹੇ ਦੀ ਖੋਜ ਕਦੋਂ ਹੋਈ? 220 BC ਵਿੱਚ। ਦੱਖਣੀ ਭਾਰਤ ਵਿੱਚ ਲੋਹੇ ਦਾ ਪ੍ਰਯੋਗ ਕਦੋਂ ਸ਼ੁਰੂ ਹੋਇਆ? 120 BC ਵਿੱਚ। ਲੋਹੇ ਦੀ ਵਰਤੋਂ ਕਰਨ ਵਾਲੇ ਲੋਕ ਕਿਸ ਨਾਂ ਨਾਲ ਪ੍ਰਚਲਿਤ ਹੋਏ? ਮਹਾਪਸ਼ਾਨ ਨਿਰਮਾਤਾ। ਮਹਾਪਸ਼ਾਣ ਕਿਸ ਨੂੰ ਕਿਹਾ ਜਾਂਦਾ ਹੈ ਇੱਕ ਵਿਸ਼ਾਲ ਪੱਥਰ ਨੂੰ ਮਰਨ ਵਾਲੇ ਲੋਕਾਂ ਨਾਲ ਕਿਹੜੀਆਂ ਵਸਤਾਂ ਦਫਨਾਉਂਦੇ ਸਨ ਭਾਂਡੇ ਉਜਾਰ ਹਥਿਆਰ ਆਦਿ ਮਹਾਪਸ਼ਾਣ ਦੇ ਖੰਡਰ ਕਿਹੜੇ ਸਥਾਨਾਂ ਤੋਂ ਮਿਲੇ ਹਨ ਮਹਾਰਾਸ਼ਟਰ ਵਿੱਚ ਇਨਾਮਗਾਉ ਤਕਲਾਕਾਟ ਮਹੂਰਝੜੀ ਅਤੇ ਦੱਖਣੀ ਭਾਰਤ ਵਿੱਚ ਮਾਸਕੀ ਕੋਪਵਲ ਅਤੇ ਬ੍ਰਹਮਗਿਰੀ ਮਹਾਪਸ਼ਾਣ ਕਾਲ ਦੇ ਲੋਕਾਂ ਦੇ ਬਰਤਨ ਕਿਹੋ ਜਿਹੇ ਸਨ ਲਾਲ ਅਤੇ ਕਾਲੇ ਰੰਗ ਦੇ ਮਿੱਟੀ ਦੇ ਬਰਤਨ ਵੱਡੇ ਵੱਡੇ ਘੜਿਆਂ ਵਿੱਚ ਸਵਾਹ ਅਤੇ ਹੱਡੀਆਂ ਭਰੀਆਂ ਕਿੱਥੋਂ ਪ੍ਰਾਪਤ ਹੋਈਆਂ ਹਨ? ਤਾਮਿਲਨਾਡੂ ਤੋਂ। ਮਹਾਪਸ਼ਾਨਕਾਲ ਵਿੱਚ ਲੋਕਾਂ ਦਾ ਮੁੱਖ ਕੀਤਾ ਕੀ ਸੀ? ਖੇਤੀਬਾੜੀ, ਸ਼ਿਕਾਰ। ਮਹਾਪਸ਼ਾਨਕਾਲ ਦੇ ਖੇਤੀਬਾੜੀ ਉਜਾਰ ਕਿਹੜੇ ਸਨ? ਦਾਤੀ, ਕੁਹਾੜੀ, ਕੁਦਾਲ। ਮਹਾਪਸ਼ਾਨਕਾਲ ਦੇ ਹਥਿਆਰ ਦੱਸੋ। ਭਾਲੇ, ਛੁਰੇ, ਤੀਰਾਂ ਦੇ ਨੁਕੀਲੇ ਹਿੱਸੇ ਆਦਿ। ਕੋਰੋਮੰਡਲ ਚੋਲ ਰਾਜਾ ਕਿੱਥੇ ਸਥਿਤ ਸੀ? ਕਵੇਰੀ ਡੈਲਟਾ ਵਿੱਚ। ਚੋਲ ਮੰਡਲ ਦੀ ਰਾਜਧਾਨੀ ਕਿਹੜੀ ਸੀ ਉਰੀਯੋਰ ਵਰਤਮਾਨ ਤਿਰਚਨਾਪਲੀ ਪ੍ਰਸਿੱਧ ਚੋਲ ਰਾਜਾ ਕਿਹੜਾ ਸੀ ਕਾਰੀਕਲ ਪਾਂਡਯਾ ਰਾਜ ਦੀ ਰਾਜਧਾਨੀ ਕੀ ਸੀ ਮਥੁਰਾ ਕਿਹੜਾ ਰਾਜ ਆਪਣੇ ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ ਪਾਂਡਯਾ ਰਾਜ ਚੇਰ ਰਾਜ ਦੇ ਅਧੀਨ ਕਿਹੜੇ ਕਿਹੜੇ ਖੇਤਰ ਸਨ ਮਹਾਲਾਬਾਰ ਕੋਚੀਨ ਅਤੇ ਵਰਤਮਾਨ ਟਰਵਨਕੋਰ ਚੇਰ ਰਾਜ ਦੀ ਰਾਜਧਾਨੀ ਕਿਹੜੀ ਸੀ ਵੱਜੀ ਚੇਰ ਵੰਸ਼ ਦੇ ਮਹਾਨ ਸ਼ਾਸਕਾਂ ਦੇ ਨਾਂ ਦੱਸੋ ਪਿਰੂਨਾਰ ਆਦਨ ਦੂਜਾ ਅਤੇ ਸੈਨਾਗੋਤੇਵਾਲ ਆਦਿ ਚੇਰ ਰਾਜ ਦੇ ਪਹਿਲੀ ਸਦੀ ਇਸਵੀ ਤੋਂ ਕਿਹੜੇ ਦੇਸ਼ਾਂ ਨਾਲ ਸੰਬੰਧ ਸਨ ਰੋਮ ਅਤੇ ਮਿਸਰ ਚੋਲ ਪਾਂਡਯਾ ਚੇਰ ਇਹ ਤਿੰਨੇ ਰਾਜ ਕਿਹੜੇ ਦੇਸ਼ਾਂ ਨਾਲ ਵਪਾਰ ਕਰਦੇ ਸਨ ਮਿਸਰ ਅਰਬ ਰੋਮ ਮਲਾਇਆ ਅਤੇ ਚੀਨ ਦੱਖਣੀ ਭਾਰਤ ਦੇ ਰਾਜਾਂ ਦੇ ਵਪਾਰਕ ਸੈਂਟਰ ਕਿਹੜੇ ਸਨ ਟੋਡੀ, ਮੁਜੀਰਸ, ਕਵੇਰੀਪਟਨਮ, ਰਿਕਮੈਂਡੋ ਅਤੇ ਕਾਰਕਾਈ ਆਦਿ। ਦੱਖਣੀ ਭਾਰਤ ਤੋਂ ਕਿਹੜੀਆਂ ਵਸਤਾਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਸਨ? ਕੀਮਤੀ ਪੱਥਰ, ਮਸਾਲੇ, ਹਾਥੀਦੰਦ, ਮੋਤੀ, ਸਿਲਕ, ਮਲਮਲ, ਵਧੀਆ ਸੂਤੀ ਕੱਪੜਾ, ਪੰਛੀ ਅਤੇ ਪਸ਼ੂ ਜਿਵੇਂ ਮੋਰ, ਬਾਂਦਰ ਆਦਿ। ਭਾਰਤੀ ਵਸਤੂਆਂ ਖਰੀਦਣ ਬਦਲੇ ਰੋਮ ਦੇ ਲੋਕ ਕੀ ਮੁੱਲ ਅਦਾ ਕਰਦੇ ਸਨ? ਸ਼ੁੱਧ ਸੋਨਾ। ਦੱਖਣੀ ਭਾਰਤ ਦੇ ਜ਼ਿਆਦਾਤਰ ਲੋਕ ਕਿੱਥੇ ਰਹਿੰਦੇ ਸਨ? ਪਿੰਡਾਂ ਵਿੱਚ। ਦੱਖਣ ਭਾਰਤ ਦੇ ਲੋਕਾਂ ਦਾ ਮੁੱਖ ਕੀਤਾ ਕੀ ਸੀ? ਖੇਤੀਬਾੜੀ। ਸ਼ਾਹੀ ਖਾਨਦਾਨ ਅਤੇ ਅਮੀਰ ਲੋਕ ਕਿੱਥੇ ਰਹਿੰਦੇ ਸਨ? ਨਗਰਾਂ ਦੇ ਅੰਦਰੂਨੀ ਭਾਗਾਂ ਵਿੱਚ। ਵਪਾਰੀ ਅਤੇ ਕਾਰੀਗਰ ਲੋਕ ਕਿੱਥੇ ਰਹਿੰਦੇ ਸਨ? ਤਟਾਂ ਨਾਲ ਲੱਗਦੇ ਨਗਰਾਂ ਵਿੱਚ। ਦੱਖਣੀ ਭਾਰਤ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਕਿਹੜੇ ਸਨ ਸੰਗੀਤ ਨਾਚ ਕਵਿਤਾ ਉਚਾਰਨ ਅਤੇ ਜੂਆ ਆਦਿ ਦੱਖਣੀ ਭਾਰਤ ਦੇ ਲੋਕ ਕਿਹੜੇ ਸੰਗੀਤਕ ਉਜਾਰਾਂ ਦੀ ਵਰਤੋਂ ਕਰਦੇ ਸਨ ਬੀਣਾ ਬੰਸਰੀਆਂ ਤਾਰਾਂ ਦੀ ਤਰੰਗ ਵਾਲੇ ਉਜਾਰ ਅਤੇ ਢੋਲ ਵਰਗੇ ਸੁਰੀਲੇ ਸੰਗੀਤ ਦੇ ਉਜਾਰਾਂ ਦੀ ਵਰਤੋਂ ਕਰਦੇ ਸਨ ਦੱਖਣ ਭਾਰਤ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ ਕਾਰਤਿਕ ਨਾਂ ਨਾਲ ਜਾਣੇ ਜਾਂਦੇ ਮੋਰਗਨ ਦੇਵਤੇ ਦੀ ਸਮੁੰਦਰੀ ਤਟਾਂ ਤੇ ਰਹਿਣ ਵਾਲੇ ਲੋਕ ਸਮੁੰਦਰੀ ਦੇਵਤਿਆਂ ਦੀ ਪੂਜਾ ਕਰਦੇ ਸਨ 100 ਈਸਵੀ ਵਿੱਚ ਪੱਛਮੀ ਏਸ਼ੀਆ ਵਿੱਚ ਕਿਹੜਾ ਮਤ ਉਤਪੰਨ ਹੋਇਆ ਈਸਾਈ ਮਤ ਈਸਾਈ ਮਤ ਦਾ ਧਰਮ ਉਪਦੇਸ਼ ਕਿਸ ਦੁਆਰਾ ਦਿੱਤਾ ਗਿਆ ਈਸਾ ਮਸੀਹ ਦੁਆਰਾ ਭਾਰਤ ਵਿੱਚ ਸਭ ਤੋਂ ਪਹਿਲਾਂ ਈਸਾਈ ਧਰਮ ਦਾ ਪ੍ਰਸਾਰ ਕਿੱਥੇ ਹੋਇਆ ਮਾਲਾਬਾਰ ਤੱਟ ਅਤੇ ਚਨਈ ਮਦਰਾਸ ਦੇ ਲੋਕਾਂ ਵਿੱਚ 700 ਈਸਵੀ ਤੋਂ ਈਸਾਈ ਧਰਮ ਭਾਈਚਾਰੇ ਦੇ ਲੋਕ ਕਿੱਥੇ ਰਹਿੰਦੇ ਸਨ ਕੇਰਲਾ ਵਿੱਚ ਭਾਰਤ ਉੱਤੇ ਕਿਹੜੇ ਇੰਡੋ ਗ੍ਰੀਕ ਨੇ ਦੁਬਾਰਾ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਡੇਮੇਟ੍ਰੀਅਸ ਨੇ ਕਿਹੜੇ ਯੂਨਾਨੀ ਰਾਜੇ ਨੇ ਪੁਸ਼ਯ ਮਿੱਤਰ ਸ਼ੁੰਗ ਦੇ ਕਾਲ ਵਿੱਚ ਹਮਲਾ ਕੀਤਾ ਸੀ ਮਿਨਾਦਰ ਉਸ ਨੇ ਪੰਜਾਬ ਸਮੇਤ ਅੱਜਕੱਲ੍ਹ ਦਾ ਪਾਕਿਸਤਾਨ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰ ਲਿਆ ਸੀ ਬੁੱਧ ਸਾਹਿਤ ਵਿੱਚ ਮਿਨਾਦਰ ਕਿਸ ਨਾਮ ਨਾਲ ਪ੍ਰਸਿੱਧ ਹੈ ਮਿਲਿੰਦ ਮੱਧ ਏਸ਼ੀਆ ਤੋਂ ਕਿਹੜਾ ਕਬੀਲਾ ਭਾਰਤ ਆਇਆ ਮਿੱਥਿਆਨਜ ਜੋਗੀ ਸ਼ੱਕ ਸੀ ਸ਼ੁਰੂ ਵਿੱਚ ਸ਼ੱਕਾਂ ਦੀਆਂ ਬਸਤੀਆਂ ਕਿੱਥੇ ਸਨ ਉੱਤਰ ਪੱਛਮੀ ਪੰਜਾਬ ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਬਾਅਦ ਵਿੱਚ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਖੇਤਰ ਵੀ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਮਸ਼ਹੂਰ ਸ਼ੱਕ ਰਾਜਾ ਕਿਹੜਾ ਸੀ ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ ਰੁਦਰਦਾਮਨ ਪਹਿਲਾ ਕਿਹੜੇ ਗੁਪਤ ਰਾਜੇ ਨੇ ਸ਼ੱਕਾਂ ਨੂੰ ਹਰਾਇਆ ਚੰਦਰਗੁਪਤ ਸੈਕੰਡ ਜਿਸ ਨੇ ਵਿਕਰਮੰਤਾ ਦੀ ਉਪਾਧੀ ਵੀ ਲਈ ਸੀ ਪੱਲਵਾਂ ਨੂੰ ਅੰਗਰੇਜ਼ੀ ਵਿੱਚ ਕੀ ਆਖਦੇ ਹਨ? ਪਾਰਥੀਅਨ, ਈਰਾਨ ਤੋਂ ਆਉਣ ਵਾਲੇ ਇੱਕ ਹੋਰ ਵਿਦੇਸ਼ੀ ਕਬੀਲਾ ਸੀ ਜੋ। ਪੱਲਵ ਰਾਜ ਦਾ ਮਸ਼ਹੂਰ ਰਾਜਾ ਕਿਹੜਾ ਸੀ? ਗੋਂਡੋ ਫਰਨੀਜ਼। ਇਸ ਨੇ ਬਹੁਤ ਸਾਰੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਮੱਧ ਏਸ਼ੀਆ ਤੋਂ ਆਏ ਕਬੀਲਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਬੀਲਾ ਕਿਹੜਾ ਸੀ? ਕੁਸ਼ਾਨ ਕਬੀਲਾ। ਇਹ ਚੀਨ ਦੀ ਸਰਹੱਦ ਉੱਤੇ ਰਹਿਣ ਵਾਲੇ ਸਨ। ਪੱਲਵ ਰਾਜ ਕਿੱਥੋਂ ਤੱਕ ਫੈਲਿਆ ਸੀ? ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ। ਕੁਸ਼ਾਨ ਵੰਸ਼ ਦਾ ਸਥਾਪਕ ਕੌਣ ਸੀ ਕੁਜਲ ਕਟਫੀਜ਼ ਕੁਸ਼ਾਨ ਵੰਸ਼ ਦਾ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਿਹੜਾ ਸੀ ਕਨਿਸ਼ਕ ਇਸ ਨੇ 78 ਤੋਂ 102 ਈਸਵੀ ਤੱਕ ਰਾਜ ਕੀਤਾ ਇਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ ਕਨਿਸ਼ਕ ਦਾ ਰਾਜ ਵਿੱਚ ਕਿਹੜੇ ਖੇਤਰ ਸ਼ਾਮਿਲ ਸਨ ਭਾਰਤ ਗੁਜਰਾਤ ਸਿੰਧ ਪੰਜਾਬ ਅਫਗਾਨਿਸਤਾਨ ਅਤੇ ਬਲਖ ਕਨਿਸ਼ਕ ਨੇ ਕਿਹੜੇ ਚੀਨੀ ਸੈਨਾਪਤੀ ਨਾਲ ਯੁੱਧ ਕੀਤੇ ਪਾਂਚਉ ਕਨਿਸ਼ਕ ਕਿਸ ਧਰਮ ਦਾ ਅਨੁਆਈ ਸੀ ਬੁੱਧ ਧਰਮ ਦਾ ਇਸ ਦੇ ਸਮੇਂ ਹੀ ਚੌਥੀ ਬੋਧ ਸਭਾ ਹੋਈ ਸੀ ਕਨਿਸ਼ਕ ਦੇ ਦਰਬਾਰ ਦਾ ਵਿਦਵਾਨ ਕਿਹੜਾ ਸੀ ਅਸ਼ਵਗੋਸ਼ ਕਨਿਸ਼ਕ ਦੇ ਸਮੇਂ ਕਿਹੜਾ ਖੇਤਰ ਬੋਧ ਕਲਾ ਵਿੱਚ ਪ੍ਰਸਿੱਧ ਸੀ ਉੱਤਰ ਪੱਛਮੀ ਪਾਕਿਸਤਾਨ ਵਿੱਚ ਗੰਧਾਰ ਦਾ ਖੇਤਰ ਗੰਧਾਰ ਕਲਾ ਕਿਸ ਨੂੰ ਆਖਦੇ ਸਨ ਜਨਾਨੀਆਂ ਅਤੇ ਭਾਰਤੀਆਂ ਦੀ ਮਿਲੀ ਜੁਲੀ ਕਲਾ ਕੁਸ਼ਾਨ ਕਾਲ ਸਮੇਂ ਭਾਰਤ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ ਮਥੁਰਾ ਕਿਸ ਦੇ ਸਮੇਂ ਬੁੱਧ ਦੀ ਮੂਰਤੀ ਪੂਜਾ ਸ਼ੁਰੂ ਹੋਈ ਕਨਿਸ਼ਕ ਸਭ ਤੋਂ ਪਹਿਲਾਂ ਮਹਾਤਮਾ ਬੁੱਧ ਦੀ ਮੂਰਤੀ ਪੂਜਾ ਕੀਤੀ ਗਈ ਸੀ ਕਨਿਸ਼ਕ ਨੇ ਕਿਹੜੇ ਸਿੱਕੇ ਜਾਰੀ ਕੀਤੇ ਸੋਨੇ ਦੇ ਅਤੇ ਤਾਂਬੇ ਦੇ ਸਿੱਕੇ ਕੁਸ਼ਾਨ ਰਾਜ ਦਾ ਅੰਤ ਕਦੋਂ ਹੋਇਆ ਤੀਜੀ ਸਦੀ ਈ ਤੀਜੀ ਸਦੀ ਈ ਵਿੱਚ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ